ਦੱਸਣਾ ਨਾ ਕਹਿ ਰਿਹਾ ਕਿ ਨਾ ਕਿ ਯਾਰ ਮੇਰੇ ਨਾਲ ਤਾਂ ਹੋਰ ਬਥੇਰੇ ਲੋਕ ਆ ਜਿਨ੍ਹਾਂ ਨੇ ਕਿਹੜ ਕੱਢੀ ਆ, ਜਿਨ੍ਹਾਂ ਨੇ ਮੇਰੇ 'ਤੇ ਦੋਸ਼ ਲਾਏ ਆ, ਉਹਨਾਂ ਨਾਲ ਤਾਂ ਕਹਿੰਦੇ ਮੈਂ ਕਿਸੇ 'ਤੇ ਗੋਲੀਆਂ ਨਹੀਂ ਚਲਾਉਂਗਾ, ਫਿਰ ਮੈਨੂੰ ਇਹਨਾਂ ਨਾਲ ਕੀ ਖਾਰਕ ਸੀ, ਇਹਨਾਂ ਦੀਆਂ ਕਿਉਂ ਮੈਂ ਗੋਲੀਆਂ ਚਲਾਉਂਗਾ। ਭਾਅ ਜੀ ਗੱਲ ਇੱਦਾਂ ਨਾ ਵੇਖੋ, ਇਹ ਤੂੰ ਕਿਸੇ ਨੂੰ ਫਿਰ ਕਾਲ ਕਰਕੇ ਧਮਕੀ ਵੀ ਨਹੀਂ ਲਾਈ ਹੋਣੀ ਕਿਉਂ? ਹਾਂਜੀ 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 ਉਹ ਵੀਡੀਓ ਆਈ ਨਾ ਉਹਨਾਂ ਦੀ, ਉਹਨਾਂ ਨੇ ਫੇਰ ਨਹੀਂ ਅਪੋਲੋਜਾਈਜ਼ ਕੀਤਾ ਉਸ ਗੱਲ 'ਤੇ, ਉਹ ਆਏ ਨਹੀਂ ਕਿ ਮੈਂ ਦਸਤਾਰ ਨਹੀਂ ਲਾਈ, ਹੋਰ ਹੀ ਉਹ ਗੱਲਾਂ ਕਰੀ ਜਾਂਦੇ ਆ। ਉਹ ਜਿਹੜੀ ਮੇਨ ਗੱਲ ਤੁਸੀਂ ਜਿਹੜੀ ਗੱਲ ਤੋਂ ਭੜਕੇ ਹੋ ਉਹਦਾ ਤੇ ਤੁਸੀਂ ਸਪਸ਼ਟੀਕਰਨ ਤੋਂ ਫੇਰ ਨਹੀਂ ਦੇ ਰਹੇ ਹੈਗੇ, ਇਹ ਕਿੰਨੀ ਵੱਡੀ ਗੱਲ ਆ, ਸਾਰੇ ਸੋਚਣ ਵਾਲੀ ਗੱਲ ਹੈ। ਲੱਖੇ ਨੂੰ ਸਵਾਲ ਕੀ ਹੈ ਤੁਹਾਡਾ ਹੁਣ? ਸਵਾਲ ਮੇਰੇ ਇਹੀ ਹੈ ਕਿ ਉਹਨੇ ਸਾਡੇ ਨਾਲ ਗਲਤ ਕੀਤਾ ਆ, ਇੱਕ ਤੇ ਸਾਨੂੰ ਨਿਆਂ ਚਾਹੀਦਾ ਹੈ, ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ, ਕਿਉਂਕਿ ਮੇਰੇ ਪੇਰੈਂਟਸ ਦੀ ਜਾਨ ਬਹੁਤ ਮੁਸ਼ਕਲ ਨਾਲ ਬਚੀ ਆ, ਕੁਛ ਵੀ ਹੋ ਸਕਦਾ ਸੀਗਾ, ਹੁਣ ਸਾਡੀ ਜਾਨ ਨੂੰ ਖਤਰਾ, ਜੇ ਸਾਨੂੰ ਕੁਛ ਵੀ ਹੁੰਦਾ ਤਾਂ ਨਾਮ ਤੇ ਤੁਹਾਨੂੰ ਪਤਾ ਉਦਾਂ ਹੀ ਲੱਗਣਾ ਨਾ, ਉਹ ਕਰਾਊਗਾ ਹੀ ਉਹ, ਹੋਰ ਸਾਡੇ ਨਾਲ ਕਿਸੇ ਦਾ ਕੁਛ ਹੈ ਹੀ ਨਹੀਂ, ਉਹੀ ਇਕੱਲਾ ਬੰਦਾ ਜਿਹੜਾ ਉੱਠ ਕੇ ਸਾਨੂੰ ਉਂਗਲ ਕਰ ਰਿਹਾ। ਕਾਰਨ ਕੀ ਲੱਗਦਾ ਤੁਹਾਨੂੰ ਲੱਖੇ ਦਾ ਕਰਨ ਦਾ? ਕਾਰਨ ਸਰ ਉਹੀ ਕਿ ਤੁਸੀਂ ਗਾਣਾ ਪਾਇਆ ਆ, ਗਾਣਾ ਉਹ ਪਿੱਛੇ ਪਿਆ ਗਾਣਾ, ਮੈਂ ਤੁਹਾਨੂੰ ਦੱਸਾਂ ਜਦੋਂ ਦਾ ਗਾਣਾ ਆਇਆ ਨਾ ਅਸੀਂ ਚੈਨ ਨਾਲ ਨਹੀਂ ਸੁੱਤੇ, ਸਾਨੂੰ ਇੰਨੀਆਂ ਜ਼ਿਆਦਾ ਧਮਕੀਆਂ ਆ ਰਹੀਆਂ ਆ, 5 ਤਰੀਕ ਨੂੰ ਗਾਣਾ ਆਇਆ, ਸ਼ਾਮ ਨੂੰ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਆ, ਸਵੇਰੇ ਸ਼ਾਮ ਫੋਨ ਫੋਨ, ਇੱਕ ਬੰਦਾ ਸੀਗਾ ਵਿੱਚ, ਇਹਨਾਂ ਦਾ ਹੀ ਫਰੈਂਡ ਸੀਗਾ, ਕੁਛ ਖਾਸ ਨਹੀਂ ਨੋਰਮਲ ਫਰੈਂਡ ਸੀਗਾ, ਅਤੇ ਉਹਨਾਂ ਦਾ ਵੀ ਅੱਗੇ ਫਰੈਂਡ ਸੀ, ਕਹਿੰਦਾ ਤੁਸੀਂ ਮੇਰੇ ਕਰਕੇ ਚਲੋ ਗੱਲ ਕਰ ਲਓ, ਉੱਧਰ ਮਾਹੌਲ ਬਹੁਤ ਗਰਮ ਹੋਇਆ, ਤੁਹਾਨੂੰ ਗੱਲ ਕਰਨੀ ਪੈਣੀ ਆ। ਅਸੀਂ ਉਹ ਲੱਖਾਂ ਨਹੀਂ ਸੀ ਉਦੋਂ, ਲੱਖੇ ਦੇ ਬੰਦੇ ਸੀ ਜਿਹੜੇ ਅੱਗੇ ਉਹ ਗੱਲ ਕਰ ਰਹੇ ਸੀਗੇ, ਫਿਰ ਅਸੀਂ ਗੱਲ ਕੀਤੀ ਉਹ ਭਾਅ ਜੀ ਕੰਮ ਕਰ ਲਓ, ਫਿਰ ਕੋਈ ਕੱਲ੍ਹ 19 ਗੱਲ ਹੋ ਜਾਣੀ ਆ, ਫਿਰ ਤੁਹਾਨੂੰ ਪਤਾ ਮਸਲਾ ਅੱਗੇ ਉਲਝ ਜਾਣਾ ਨਾ, ਅਸੀਂ ਕਿਹਾ ਵੀ ਉੱਦਾਂ ਹੀ ਚਲੋ ਬੋਲਦੇ ਆ ਹੈ ਨਾ। ਅਤੇ ਅਗਲੇ ਦਿਨ ਫਿਰ ਉਹ ਬੰਦੇ ਦਾ ਫੋਨ ਆਇਆ, ਕਹਿੰਦਾ ਹੁਣ ਮੁੱਦਾ ਜ਼ਿਆਦਾ ਹੀ ਕਹਿੰਦਾ ਖਰਾਬ ਹੋ ਰਿਹਾ ਉਹਦੇ ਵੱਲੋਂ, ਉਹ ਬਹੁਤ ਭੜਕਿਆ ਹੋਇਆ, ਫਿਰ ਉਹਨੇ ਹੀ ਗੱਲ ਕਹੀ, ਅਸੀਂ ਕਿਹਾ ਚਲੋ ਗੱਲ ਕਰ ਲੈਂਦੇ ਹਾਂ, ਫਿਰ ਵਟਸਐਪ 'ਤੇ ਕਾਨਫਰੰਸ ਲਾਈ ਉਹਨੇ, ਕਰ ਦਿਓ ਫਿਰ ਗਾਣਾ ਡਿਲੀਟ, ਇਹਨਾਂ ਨੂੰ ਇੱਦਾਂ ਬੋਲੇ ਉਹ, ਇਹ ਕਹਿੰਦੇ ਭਾਅ ਜੀ ਗਾਣਾ ਤਾਂ ਹੁਣ ਡਿਲੀਟ ਹੋ ਨਹੀਂ ਸਕਦਾ, ਹੁਣ ਜਦੋਂ ਚੀਜ਼ ਜਿਹੜੀ ਪੈ ਗਈ ਆ ਉਹ ਕਿੱਦਾਂ ਡਿਲੀਟ ਹੋਵੇ, ਜੇ ਕਰ ਵੀ ਦੇਵਾਂਗੇ ਉੱਦਾਂ ਹੀ ਸਾਰਿਆਂ ਕੋਲ ਗਾਣਾ ਪਹੁੰਚ ਚੁੱਕਿਆ ਹੈ ਨਾ। ਅਤੇ ਕਹਿੰਦਾ ਚੱਲ ਠੀਕ ਹੈ ਫਿਰ ਸਾਡੇ 'ਚ ਦਮ ਜਿੰਨਾ ਕੁ ਹੈਗਾ ਅਸੀਂ ਕਰਾ ਲਾਂਗੇ, ਉੱਦਾਂ ਉਹਨੇ ਰਾਤ ਹੀ ਗੱਲ ਕਹੀ ਹੈ ਅਤੇ ਅਗਲੇ ਦਿਨ ਕੱਲ੍ਹ ਸਾਡੇ ਨਾਲ ਇਹ ਕੰਮ ਹੋ ਗਿਆ। ਰਣਵੀਰ ਤੁਸੀਂ ਕੀ ਕਹਿ ਰਹੇ ਸੀ, ਕਿਹੜੇ ਕਿਹੜੇ ਬੰਦੇ ਸੀ ਲੱਖੇ ਤੋਂ ਬਿਨਾਂ ਜਿਨ੍ਹਾਂ ਨੇ ਤੁਹਾਨੂੰ ਪਹਿਲਾਂ ਫੋਨ ਕੀਤਾ ਜਾਂ ਥ੍ਰੈਟ ਕੀਤਾ ਕਿਸੇ ਨੇ ਵੀ, ਜਿਹੜੇ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ? ਭਾਈ ਜ਼ਿਆਦਾ ਫੋਨ ਕੀਤੇ, ਜਿਹੜਾ ਜਗਦੀਪ ਪਤਾ ਨਹੀਂ ਕੀ ਯਾਰ ਰੰਧਾਵਾ ਕਿ ਕੀ ਨਾ ਉਹਦਾ, ਜ਼ਿਆਦਾ ਫੋਨ ਉਹਨੇ ਕੀਤੇ ਸਾਡੇ ਬੰਦਿਆਂ ਨੂੰ। ਅਤੇ ਬਾਕੀ ਗੱਲ ਇਹ ਆ ਕਿ ਭਾਅ ਜੀ ਆਪਣਾ ਸਾਨੂੰ ਨਿਆਂ ਮਿਲਣਾ ਚਾਹੀਦਾ, ਕੱਲ੍ਹ ਨੂੰ ਵੀ ਸਾਨੂੰ ਕੋਈ ਮਤਲਬ ਕਿ ਹੁਣ ਸਾਡੇ ਨਾਲ ਕੋਈ ਵੀ ਹੈਪਨ ਹੁੰਦਾ ਵਾ, ਇਹ ਲੱਖਾਂ ਸਧਾਣਾ ਹੀ ਜਿੰਮੇਵਾਰ ਹੋਊਗਾ ਉਹ ਚੀਜ਼ ਦਾ। ਜੇ ਸਾਡੇ ਨਾਲ ਕੋਈ ਵੀ ਮਿਸ ਹੈਪਨ ਹੁੰਦਾ ਵਾ, ਕੋਈ ਵੀ ਵਾਰ ਦੋ ਤੰਦੀ ਕੁਝ ਵੀ ਹੁੰਦਾ, ਸਾਡੇ 'ਤੇ ਕੋਈ ਅਟੈਕ ਹੁੰਦਾ ਵਾ, ਇਹ ਇਕੱਲਾ ਇਕੱਲਾ ਇਹੋ ਬੰਦਾ ਹੀ ਵਾ, ਕਿਉਂਕਿ ਸਾਡੀ ਕੋਈ ਦੁਸ਼ਮਣੀ ਨਹੀਂ ਆ। ਕੋਈ ਵੀ ਬੰਦਾ ਆ ਕੇ ਮੈਨੂੰ ਕਹਿ ਦੇ ਲਾਈਵ ਕਿ ਇਹ ਬੰਦੇ ਨਾਲ ਮੇਰੀ ਦੁਸ਼ਮਣੀ ਆ, ਅਤੇ ਮੈਂ ਮੰਨ ਜੂੰਗਾ, ਕਿਉਂਕਿ ਅੱਜ ਤੱਕ ਕਿਸੇ ਨੂੰ ਮਾੜੀ ਚੰਗੀ ਗੱਲ ਹੋਈ ਨਹੀਂ ਸਾਡੀ, ਠੀਕ ਹੈ ਨਾ। ਜੇ ਸਾਡੇ ਨਾਲ ਕੱਲ੍ਹ ਨੂੰ ਕੋਈ ਮਾੜੀ ਚੰਗੀ ਹੁੰਦੀ ਆ, ਤਾਂ ਇਹੋ ਹੀ ਬੰਦਾ ਜ਼ਿੰਮੇਵਾਰ ਹੋਊਗਾ। ਇੱਕ ਚੀਜ਼ ਹੋਰ ਦੱਸੋ ਕਿ ਬਹੁਤ ਸਾਰੇ ਬੰਦੇ ਆ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਜਿਨ੍ਹਾਂ 'ਤੇ ਦੋਸ਼ ਆ, ਬੇਸ਼ੱਕ ਦੀਪ ਸਿੱਧੂ ਹੋਵੇ, ਤੁਸੀਂ ਵੀ ਖਬਰਾਂ ਸੁਣਦੇ ਹੋ, ਸੋਸ਼ਲ ਮੀਡੀਆ ਦੇਖਦੇ ਰਹਿੰਦੇ ਆ, ਹੋਰ ਕਿਸਾਨ ਆਗੂ ਹੋਣਗੇ, ਪਰ ਲੱਖੇ ਦੀ ਫੋਟੋ ਕਿਉਂ ਮਤਲਬ ਜਿਹੜਾ ਉਹਦੇ ਵਿੱਚ ਫਲਮਾਈ ਗਈ ਆ? ਹੋਰਾਂ ਦਾ ਕਾਰਨ ਕੀ ਰਹਿ ਗਿਆ ਵੀ ਲੱਖੇ ਨੂੰ ਛੱਡ ਕੇ ਲੱਖਾ ਹੀ ਵਿੱਚ ਆਇਆ ਸਿਰਫ, ਬਾਕੀ ਪਾਸੇ? ਅੱਛਾ ਇੱਕ ਮਿੰਟ ਮੈਂ ਤੁਹਾਡੇ ਵੱਲ ਹੀ ਆਉਣਾ ਜੀ, ਬੋਲੋ ਤੁਸੀਂ ਕੀ ਗੱਲ। ਦੇਖੋ ਇੱਦਾਂ ਗਾਣਾ ਜਿਹੜਾ ਸੀ ਨਾ, ਮੋਨੇ ਵੀ ਅਣਖੀ ਹੋ ਸਕਦੇ, ਆਜ਼ਾਦ ਪਰਿੰਦੇ ਪੁੱਤ ਤੋਂ ਛਿੰਦੇ ਸੁੱਖੇ ਤੇ ਜਿੰਦੇ, ਗਵਾਹੀ ਦਿੰਦੇ ਅੱਜ ਵੀ ਦੋਨੇ, ਪੱਗਾਂ ਨੂੰ ਲਾ ਕੇ ਸਿੱਖੀ ਚੱਕ ਕਰਦੇ ਨੇ, ਲੀਡਰ ਬਣਦੇ ਸਾਡੇ ਤੇ ਚੜ੍ਹਦੇ ਆਪ ਸਿਰੋਂ ਕੋਨੇ। ਇਹ ਗੱਲ ਕਿਉਂ ਕੀਤੀ ਗਈ ਜੇ ਹੋਈ ਆ, ਇਹ ਗੱਲ ਦੱਬੀ ਹੀ ਰਹਿ ਗਈ, ਇਹ ਤੇ ਪਤਾ ਨਹੀਂ ਕਿਉਂ ਪੜਦਾ ਪਾਇਆ ਗਿਆ, ਇਹਨੂੰ ਕਿਉਂ ਨਹੀਂ ਅੱਗੇ ਲੈ ਕੇ ਆਇਆ, ਇਹ ਕਿਉਂ ਨਹੀਂ ਇਹਨੇ ਸਪਸ਼ਟੀਕਰਨ ਦਿੱਤਾ? ਸਾਡਾ ਸਵਾਲ ਇਹ ਆ, ਸਵਾਲ ਤੁਸੀਂ ਪੁੱਛਿਆ ਨਾ, ਸਵਾਲ ਸਾਡਾ ਇਹ ਹੈ ਕਿ ਉਹਨੇ ਸਪਸ਼ਟੀਕਰਨ ਇਸ ਨਿਹੰਗ ਦੀ ਦਸਤਾਰ ਜਦੋਂ ਲਾਈ, ਸਪਸ਼ਟੀਕਰਨ ਕਿਉਂ ਨਹੀਂ ਉਹਦੇ ਵੱਲੋਂ ਆਇਆ? ਇਹ ਸਾਡਾ ਸਵਾਲ ਸੀਗਾ। ਅੱਛਾ ਇਹ ਸਵਾਲ ਸੀ ਜਿਹੜਾ ਤੁਸੀਂ ਗੀਤ ਦੇ ਜ਼ਰੀਏ ਪੁੱਛਿਆ?